ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਜੋਲ ਸਾਹਿਬ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸੀਨੀਅਰ ਹਾਂ ਯੈਸ ਅਰਸ਼ ਇਹ ਕਹਿ ਲਓ ਵੀ ਬਰੈਂਪਟਨ ਦੇ ਵੱਲੋਂ ਤੋਹਫ਼ਾ ਜਾਂ ਕਹਿ ਲਓ ਵੀ ਇਹ ਹਮਦਰਦੀ ਦਾ ਪ੍ਰਗਟਾਵਾ ਜਿਹੜੇ ਸਾਡੇ ਸੀਨੀਅਰਸ ਨੇ ਬਜ਼ੁਰਗ ਨੇ ਵੀ ਉਹਨਾਂ ਨੇ ਆਪਣੀ ਲਾਈਫ ਦੇ ਦੌਰਾਨ ਕੰਟਰੀਬਿਊਸ਼ਨ ਪਾਇਆ ਉਸ ਤੋਂ ਬਾਅਦ ਜਦੋਂ ਹੁਣ ਉਹ ਪੈਨਸ਼ਨਰ ਨੇ ਵੀ ਉਹਨਾਂ ਨੂੰ ਇਹ ਇੱਕ ਤਰੀਕੇ ਦੇ ਨਾਲ ਟੈਕਸ ਰਿਲੀਫ ਆ ਵੀ ਉਹ ਬੈਟਰ ਆਪਣਾ ਜਿਹੜਾ ਬਾਕੀ ਦੇ ਐਕਸਪੈਂਸਿਸ ਆ ਉਹ ਮੈਨੇਜ ਕਰ ਸਕਣ ਭਾਵੇਂ ਕਿ ਚਲੋ ਬਹੁਤ ਵੱਡੀ ਅਮਾਊਂਟ ਤਾਂ ਨਹੀਂ ਹੈ ਪਰ ਫਿਰ ਵੀ ਲੱਗਦਾ ਕਿ ਐਵਰੇਜ ਜਿਹੜਾ ਹੋਮ ਹੈ ਵੀ ਉਹਦੇ ਵਿੱਚ ਇਹ 10% ਦਾ ਰਿਲੀਫ ਜ਼ਰੂਰ ਆ ਤੇ ਕੁੱਲ ਮਿਲਾ ਕੇ ਇਹ ਹੈ ਜੀ ਵੀ ਜਿਹੜੇ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਜਿੰਨੇ ਵੀ ਰੈਜੀਡੈਂਟਸ ਹੈਗੇ ਆ ਬਰੈਂਪਟਨ ਦੇ ਤੇ ਉਹ ਜਾਣੀ ਕਿ ਪ੍ਰਿੰਸੀਪਲ ਰੈਜੀਡੈਂਸ਼ੀਅਲ ਪ੍ਰੋਪਰਟੀ ਉਹਨਾਂ ਦੇ ਨਾਂ ਤੇ ਆ ਤੇ ਫਿਰ ਜਾਣੀ ਇਸ ਤਰ੍ਹਾਂ ਦਾ ਜਿਹੜਾ ਐਲੀਜੀਬਿਲਿਟੀ ਕ੍ਰਾਈਟੇਰੀਆ ਪੂਰਾ ਕਰਕੇ ਤੇ ਉਹ ਐਪਲੀਕੇਸ਼ਨ ਆ ਜਿਹੜੀ ਉਹ ਕਰ ਸਕਦੇ ਆ ਤੇ ਜਿਹੜੀ ਐਪਲੀਕੇਸ਼ਨ ਕਰਨ ਦੀ ਇਹ ਡੈਡਲਾਈਨ 31 ਦਸੰਬਰ ਹੁੰਦੀ ਆ ਹਰੇਕ ਸਾਲ ਜਾਣੀ ਨਵੀਂ ਐਪਲੀਕੇਸ਼ਨ ਕਰਨੀ ਪੈਂਦੀ ਆ ਹਰੇਕ ਸਾਲ ਨਵੀਂ ਐਪਲੀਕੇਸ਼ਨ ਸ਼ਾਇਦ ਇਸ ਕਰਕੇ ਵੀ ਕਿਉਂਕਿ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਆ ਉਹ ਕਈ ਵਾਰੀ ਚੇਂਜ ਹੋ ਜਾਂਦੀ ਆ ਤਦ ਕਰਕੇ ਵੀ ਜਾਣੀ ਕਿ ਜਿਹੜੇ ਲੋਅ ਇਨਕਮ ਪਰਸਨ ਆ ਉਹੀ ਇਹਦੇ ਵਿੱਚ ਐਲੀਜੀਬਲ ਹੁੰਦੇ ਆ ਉਹ ਪਰੂਫ ਦੇ ਤੌਰ ਤੇ ਮਤਲਬ ਉਹਨਾਂ ਦਾ ਜਿਹੜਾ ਉਹ AS ਜਾਂ ਇਸ ਤਰ੍ਹਾਂ ਦੇ ਉਹਨਾਂ ਦੇ ਪੈਨਸ਼ਨ ਦੇ ਜਿਹੜੇ ਡਾਕੂਮੈਂਟ ਆ ਉਹ ਨਾਲ ਦੇਖੇ ਜਾਂਦੇ ਆ ਜੀ ਇੱਦਾਂ ਹੀ ਜਿਸ ਤਰ੍ਹਾਂ ਵੀ ਦੱਸਿਆ ਵੀ ਜਿਹੜੇ ਡਿਸੇਬਲ ਪਰਸਨ ਹੈਗੇ ਆ ਉਹਨਾਂ ਦੀ ਏਜ ਭਾਵੇਂ ਕੋਈ ਵੀ ਹੋਵੇ ਪਰ ਜੇ ਉਹਨਾਂ ਦੀ ਪ੍ਰਿੰਸੀਪਲ ਰੈਜੀਡੈਂਸ਼ੀਅਲ ਪ੍ਰੋਪਰਟੀ ਬਰੈਂਪਟਨ ਚ ਹੈਗੀ ਆ ਤੇ ਉਹ ਉਹਦੇ ਵਿੱਚ ਰਹਿੰਦੇ ਵੀ ਆ ਤੇ ਫਿਰ ਉਹ ਵੀ ਐਲੀਜੀਬਲ ਹਨ ਉਹਨਾਂ ਦਾ ਵੀ ਜਿਹੜਾ ਜੀ ਵੀ ਇਹ ਡਿਸਏਬਿਲਿਟੀ ਦੀ ਜੋ ਵੀ ਉਹਨਾਂ ਨੂੰ ਬੈਨੀਫਿਟ ਮਿਲ ਰਿਹਾ ਉਹਦਾ ਜਿਹੜਾ ਐਵੀਡੈਂਸ ਆ ਪ੍ਰੂਫ ਆ ਉਹ ਨਾਲ ਲੱਗ ਜਾਂਦਾ ਐਪਲੀਕੇਸ਼ਨ ਦੇ ਜੀ ਸੋ ਕੁੱਲ ਮਿਲਾ ਕੇ ਜਾਣੀ 31 ਦਸੰਬਰ ਤੋਂ ਪਹਿਲਾਂ ਇਹ ਐਪਲੀਕੇਸ਼ਨ ਕਰਨੀ ਹੁੰਦੀ ਆ ਸਿਟੀ ਹਾਲ ਦੇ ਵਿੱਚ ਹੀ ਆ ਜਿਹੜਾ ਟੈਕਸ ਆਫਿਸ ਤੇ ਇਹਦੀ ਜਿਹੜੀ ਇਨਫੋਰਮੇਸ਼ਨ ਆ ਜੀ ਵੈਸੇ ਫੋਨ ਕਰਕੇ ਵੀ ਲਈ ਜਾ ਸਕਦੀ ਆ ਐਪਲੀਕੇਸ਼ਨ ਅੱਜ ਕੱਲ੍ਹ ਉਹ ਸਭ ਕੁਛ ਆਨਲਾਈਨ ਹੀ ਚੱਲਦਾ ਵੈਸੇ ਤਾਂ ਬਿਲਕੁਲ ਪਰ ਕੁੱਲ ਮਿਲਾ ਕੇ ਐਪਲੀਕੇਸ਼ਨ ਜਿਹੜੀ ਉੱਥੋਂ ਪ੍ਰਿੰਟ ਕਰਕੇ ਤੇ ਫਿਰ ਭਰ ਕੇ ਆਪਾਂ ਸਾਰਾ ਬਾਕੀ ਅਗਲਾ ਪ੍ਰੋਸੀਜਰ ਆ ਉਹ ਸ਼ੁਰੂ ਕੀਤਾ ਜਾ ਸਕਦਾ ਤੇ ਇਨਫੋਰਮੇਸ਼ਨ ਤੇ ਅੱਜ ਕੱਲ੍ਹ ਸਾਰੇ ਕੰਮਾਂ ਵਾਸਤੇ ਉਹਨਾਂ ਨੇ 311 ਨੰਬਰ ਰੱਖਿਆ ਹੋਇਆ ਜਾਂ ਫਿਰ ਜਿਹੜਾ ਟੈਕਸ ਆਫਿਸ ਹੈ ਬਰੈਂਪਟਨ ਸਿਟੀ ਹਾਲ ਦੇ ਵਿੱਚ ਹੀ ਉਹਨਾਂ ਦਾ ਨੰਬਰ 9058742000 ਹੈ 905-874-2000 ਸੋ ਸੀਨੀਅਰ ਵਾਸਤੇ ਜਿਸ ਤਰ੍ਹਾਂ ਤੁਸੀਂ ਕਿਹਾ ਅੱਜ ਕਿ ਇਹ ਰਿਲੀਵਿੰਗ ਨਿਊਜ਼ ਹੈ ਜੀ ਇੰਡੀਅਨ ਐਂਬੈਸੀ ਅਤੇ ਕੌਂਸਲੇਟ ਜਿਹੜੇ ਆਫਿਸਿਸ ਨੇ ਉਹ ਜੋਲ ਸਾਹਿਬ ਇੱਕ ਤਰਫਾ ਗੱਲ ਨਹੀਂ ਸੁਣਦੀ ਉਹ ਦੋ ਤਰਫਾ ਹੁੰਦੀ ਹੈ ਭਾਵ ਜੇ ਕਿਸੇ ਨੇ ਡਿਵੋਰਸ ਫਾਈਲ ਕਰਨਾ ਹੈ ਤਾਂ ਉਹ ਮਿਊਚੁਅਲੀ ਦੋਨੋ ਪਾਰਟੀਜ਼ ਦੇ ਹੋਣੇ ਚਾਹੀਦੇ ਨਾ ਕਿ ਇੱਕ ਤਰਫਾ ਸੋ ਇੱਕ ਤਰਫਾ ਨਹੀਂ ਮੰਨਿਆ ਜਾਂਦਾ ਐਂਡ ਐਨੀ ਡਾਕੂਮੈਂਟਸ ਉਹ ਯੈਸ ਅਰਸ਼ ਇਹ ਨਾ ਸ਼ੁਰੂ ਸ਼ੁਰੂ ਦੇ ਵਿੱਚ ਚਲੋ 70ਵਿਆਂ ਦੇ ਵਿੱਚ 80ਵਿਆਂ ਦੇ ਵਿੱਚ 90ਵਿਆਂ ਦੇ ਵਿੱਚ ਇਹ ਧਾਂਦਲੀਆਂ ਕਾਫੀ ਚੱਲਦੀਆਂ ਵੀ ਰਹੀਆਂ ਇਸ ਕਰਕੇ ਵੀ ਜਾਣੇ ਵਿਆਹ ਵੀ ਕਰਵਾਉਣਾ ਹੁਣ ਆਪਾਂ ਕਹਿੰਦੇ ਨਾ ਵੀ ਪੰਜਾਬ ਚ ਭਾਰਤ ਜੀ ਵੀ ਹੁਣ ਕੈਨੇਡਾ ਦੇ ਲੋਕਾਂ ਦਾ ਸਤਿਕਾਰ ਨਹੀਂ ਹੈ ਹੁਣ ਬੰਦਾ ਪੁੱਛੇ ਵੀ ਜੇ ਸਤਿਕਾਰ ਸੀਗਾ ਤੇ ਜੇ ਸਤਿਕਾਰ ਗਿਆ ਤੇ ਉਹਦੇ ਕੁਛ ਕਾਰਨ ਹੀ ਹੋਣਗੇ ਨਾ ਸਤਿਕਾਰ ਜੇ ਹੋਵੇ ਤੇ ਜੇ ਚਲਾ ਜਾਵੇ ਤੇ ਉਹ ਚੁੱਪ ਕਰਕੇ ਥੋੜੇ ਚੱਲ ਜਾਣਾ ਉਹਦੇ ਕੋਈ ਕਾਰਨ ਹੁੰਦੇ ਆ ਉਹਨਾਂ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਇਹ ਵੀ ਆ ਕਾਰਨ ਤੇ ਚਲੋ ਹੁਣ ਬਹੁਤ ਕੁਛ ਹੋਰ ਆ ਨਾ ਵੀ ਇੱਥੇ ਆ ਕੇ ਲੋਕ ਦੇਖ ਗਏ ਆ ਵੀ ਕੀ ਹਾਲ ਚੱਲਿਆ ਹਨਾ ਕਿੱਦਾਂ ਤਨਖਾਹਾਂ ਮਾਰੀਆਂ ਜਾਂਦੀਆਂ ਬਾਕੀ ਸਭ ਕੁਛ ਇਹ ਮਿੰਟ ਮਿੰਟ ਦੀ ਖ਼ਬਰ ਉੱਥੇ ਪਹੁੰਚਦੀ ਆ ਆਏ ਲੋਕਾਂ ਦੇ ਨਾਲ ਇੱਥੇ ਆਪਾਂ ਪੁਰਾਣੇ ਆਏ ਹੋਏ ਸਥਾਪਿਤ ਲੋਕ ਕੀ ਵਿਵਹਾਰ ਕਰ ਰਹੇ ਆ ਚੰਗਾ ਕਰ ਰਹੇ ਆ ਉਹਦੀ ਸਿਫਤ ਬਹੁਤ ਆ ਨਹੀਂ ਚੰਗਾ ਕਰ ਰਹੇ ਇਹ ਵੀ ਪਲ ਪਲ ਉਹਨਾਂ ਨੂੰ ਪਤਾ ਲੱਗ ਰਿਹਾ ਉੱਥੇ ਕੀ ਉਹਨਾਂ ਨੂੰ ਅਸੀਂ ਵੇਚ ਰਹੇ ਹਾਂ ਜੋ ਸਰਕਾਰਾਂ ਸਾਨੂੰ LMIਆਂ ਮੁਫ਼ਤ ਦਿੰਦੀਆਂ ਹਨਾ ਜੋ ਵੀ ਉਹਦੀਆਂ ਮਾਈਨਰ ਕੰਡੀਸ਼ਨ ਹੈਗੀਆਂ ਜੋਬ ਲੈਟਰਾਂ ਤਨਖਾਹਾਂ ਇਹ ਸਭ ਕੁਛ ਉੱਥੇ ਪਤਾ ਲੱਗ ਰਿਹਾ ਤੇ ਇਹ ਸਭ ਕੁਛ ਕਰਦਿਆਂ ਜੇ ਹੁਣ ਕਹੀਏ ਵੀ ਸਾਡਾ ਉੱਥੇ ਸਤਿਕਾਰ ਬਹੁਤ ਹੋਵੇ ਤੇ ਮੈਂ ਪੁੱਛਦਾ ਵੀ ਕੋਈ ਸਾਨੂੰ ਏਦਾਂ ਕਰੇ ਤੇ ਫਿਰ ਕੀ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ ਇਸ ਕਰਕੇ ਜ਼ਰੂਰ ਅਸੀਂ ਹਰ ਗੱਲ ਨੂੰ ਆਪਣੇ ਤੇ ਲਾ ਕੇ ਦੇਖੀਏ
ਤਦੇ ਆਪਾਂ ਗੱਲ ਕਰਦੇ ਹੁੰਦੇ ਆ ਵੀ ਸਾਨੂੰ ਹੁਣ ਆਪਾਂ ਦੁਨੀਆਂ ਦੇ ਨੁਕਸ ਇਸ ਸੰਸਾਰ ਚ ਪੈਦਾ ਹੋ ਕੇ ਬਹੁਤ ਸਾਰਾ ਜੱਗ ਢੂੰਡ ਕੇ ਦੇਖ ਲਿਆ, ਨੁਕਸ ਸਾਰੀ ਦੁਨੀਆਂ ਦੇ ਕੱਢਣ ਨੂੰ ਪਹਿਲੀ ਗੱਲ ਤੇ ਆਪਾਂ ਪੈਦਾ ਹੀ ਨੀ ਹੋਏ ਜੀ, ਆਪਣੇ ਨੁਕਸ ਕੱਢਣੇ ਸੀ। ਸੋ ਜੇ ਕੱਢ ਕੁੱਢ ਲਏ ਤੇ ਹੁਣ ਆਪਾਂ ਦੇਖਦੇ ਆ ਵੀ ਜੇ ਹਜੇ ਵੀ ਨੀ ਸਰਦਾ ਦੁਨੀਆਂ ਦੇ ਨੁਕਸ ਕੱਢਿਆ ਤੇ ਫਿਰ ਕਿਤੇ ਅੰਦਰ ਝਾਤੀ ਮਾਰ ਲਈਏ ਵੀ ਨੁਕਸ ਕਿਤੇ ਅੰਦਰ ਹੀ ਤਾਂ ਨੀ ਲਈ ਫਿਰਦੇ ਆਪਾਂ। ਹੁਣ ਇਹ ਨਾ ਵੀ ਜੇ ਨਰਕ ਅਸੀਂ ਭਾਲਦੇ ਸਵਰਗ ਆ ਪਰ ਸਿਰ ਵਿੱਚ ਨਰਕ ਆ ਤੇ ਉਹ ਸਿਰ ਵਿੱਚ ਨਰਕ ਲੈ ਕੇ ਅਸੀਂ ਦੁਨੀਆਂ ਸਾਰੀ ਦਾ ਭ੍ਰਮਣ ਕਰੀ ਜਾਂਦੇ ਆ, ਰਾਈਟ। ਉਹ ਜਿੱਥੇ ਜਿੱਥੇ ਜਾਵਾਂਗੇ ਫਿਰ ਉਹ ਸਿਰ ਦੇ ਨਰਕ ਦਾ ਜਾਗ ਵੀ ਤੇ ਉੱਥੇ ਲਾਈ ਜਾਵਾਂਗੇ ਨਾ, ਨਰਕ ਹੀ ਬਣਾਵਾਂਗੇ ਸਵਰਗ ਨੂੰ ਜੀ। ਸੋ ਇਸ ਕਰਕੇ ਵੀ ਜੇ ਉਹ ਸਾਡੇ ਸਤਿਕਾਰ ਦਾ ਭਾਵ ਕਿ ਸਵਰਗ ਦਾ ਨਰਕ ਬਣਿਆ ਉਹ ਬੇਕਦਰੀ ਦੇ ਵਿੱਚ ਬਦਲੀ ਆ ਪ੍ਰਸਥਿਤੀ ਤੇ ਉਹਦੇ ਵਿੱਚ ਇੱਕ ਕਾਰਨ ਇਹ ਆ ਵੀ ਬਾਹਰਲੇ ਮੁਲਕਾਂ ਤੋਂ ਲੋਕ ਜਾਂਦੇ ਸੀ ਉੱਥੇ ਤੇ ਬਹੁਤ ਜਾਣੀ ਉੱਥੇ ਉਹਨਾਂ ਦੇ ਲੋਕਾਂ ਨੂੰ ਭੋਲਿਆਂ ਨੂੰ ਉਹਨਾਂ ਸਮਿਆਂ ਦੇ ਨਹੀਂ ਸੀ ਇੰਨਾ ਕਮਿਊਨੀਕੇਸ਼ਨ ਆ ਸੋਸ਼ਲ ਮੀਡੀਆ ਵਗੈਰਾ ਪਤਾ ਨਹੀਂ ਸੀ ਵੀ ਇਹ ਕੀ ਮਤਲਬ ਸਾਰਾ ਹਿਸਾਬ ਕਿਤਾਬ ਆ ਬਾਹਰਲੇ ਮੁਲਕਾਂ ਦਾ। ਇੰਨਾ ਹੀ ਹੁੰਦਾ ਸੀਗਾ ਵੀ ਵਿਅਕਤੀ ਆ ਗਿਆ, ਗੱਡੀ ਉਹਦੇ ਕੋਲ ਆ ਜੀ, ਡਰਾਈਵਰ ਕੋਲ ਆ ਜੀ, ਪੈਸੇ ਬਹੁਤ ਆ ਜੀ, ਗਹਿਣੇ ਗੱਟੇ ਬਹੁਤ ਪਾਏ ਹੋਏ ਆ ਜੀ, ਚੇਨੀਆਂ ਤੇ ਬਾਕੀ ਮੁੰਦਰੀਆਂ ਤੇ ਘੜੀਆਂ ਮਹਿੰਗੀਆਂ, ਉਹਦੇ ਤੋਂ ਜਾਣੀ ਲੱਗਦਾ ਸੀ ਵੀ ਇਹਦੇ ਕਮਾਲਾਂ ਕੀਤੀਆਂ ਪਈਆਂ ਹਨਾ। ਤੇ ਤਦ ਕਰਕੇ ਫਿਰ ਇਹ ਹੁੰਦਾ ਸੀਗਾ ਵੀ ਵਿਆਹ ਵੀ ਕਰਵਾਏ ਹੋਣਾ ਹਨਾ, ਮਹੀਨਾ ਤੋਂ ਮਹੀਨਾ ਉੱਥੇ ਗੁਜ਼ਾਰ ਵੀ ਆਉਣੇ, ਆ ਕੇ ਇੱਥੇ ਜਾਣੀ ਕਿ ਫਿਰ ਆਪਣੇ ਬਹਾਨੇ ਜੇ ਬਣਾਉਣ ਲੱਗ ਪੈਣਾ ਤੇ ਜੋ ਕੁਝ ਮਨ ਦੀਆਂ ਬੇਈਮਾਨੀਆਂ ਪ੍ਰਗਟ ਹੋਣ ਲੱਗ ਪੈਣੀਆਂ ਤੇ ਜਾਣੀ ਫਿਰ ਤਲਾਕ ਭੇਜ ਦੇਣਾ ਹਨਾ। ਰਾਈਟ 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 ਰਾਈਟ। ਸੋ ਉਹਦੇ ਵਿੱਚ ਫਿਰ ਇਸ ਤਰ੍ਹਾਂ ਦੇ ਜਦੋਂ ਇੱਕ ਨਹੀਂ ਦੋ ਨਹੀਂ ਜਾਣੀ ਹਜ਼ਾਰਾਂ ਹੀ ਕੇਸ ਹੋਣ ਲੱਗ ਗਏ, ਫਿਰ ਸਰਕਾਰਾਂ ਨੂੰ ਫਿਕਰ ਹੋਇਆ ਵੀ ਕੋਈ ਇਹ ਦਾਲ ਚ ਕਾਲਾ ਕਾਲਾ ਹੈਗਾ। ਤੇ ਤਦ ਕਰਕੇ ਫਿਰ ਇਹ ਕਾਨੂੰਨ ਆ ਜਿਹੜੇ ਉਹ ਬਦਲੇ ਗਏ ਵੀ ਬਾਹਰੋਂ ਜਿਹੜਾ ਇੱਥੋਂ ਇੰਡੀਆ ਚੋਂ ਜਾਣੀ ਕਿ ਵਿਆਹ ਕਰਾ ਕੇ ਇੱਕ ਪਾਸੜ ਤਲਾਕ ਭੇਜਿਆ ਉਹ ਇੱਥੇ ਮੰਨਿਆ ਨਹੀਂ ਜਾਊਗਾ, ਵੀ ਜੇ ਵਿਆਹ ਇੰਡੀਆ ਦੇ ਵਿੱਚ ਹੋਇਆ ਤੇ ਤਲਾਕ ਵੀ ਇੰਡੀਆ ਚ ਹੀ ਹੋਊਗਾ। ਉਦੋਂ ਸਪੈਸ਼ਲੀ ਜਦੋਂ ਕਿ ਐਟਲੀਸਟ ਵਨ ਪਾਰਟਨਰ ਜਿਹੜਾ ਉਹ ਇੰਡੀਆ ਦੇ ਵਿੱਚ ਹੀ ਰਹਿ ਗਿਆ ਹਨਾ, ਵੀ ਜੇ ਤੇ ਦੋਨੋਂ ਚੱਲ ਗਏ ਬਾਹਰ ਫਿਰ ਤਾਂ ਠੀਕ ਆ ਉਹ ਨਿਬੜ ਲੈਣ ਬਾਹਰਲੀਆਂ ਨਾਲ, ਪਰ ਜੇ ਹੁਣ ਇੱਕ ਪਾਰਟਨਰ ਜਾਣੀ ਕਿ ਐਟਲੀਸਟ ਇੰਡੀਆ ਦੇ ਵਿੱਚ ਹੀ ਆ ਤੇ ਫਿਰ ਜਾਣੀ ਉਹ ਤਲਾਕ ਦਾ ਫੈਸਲਾ ਵੀ ਇੰਡੀਅਨ ਕੋਰਟ ਹੀ ਕਰੇਗੀ। ਇਸ ਕਰਕੇ ਵੀ ਇਹ ਜਿਹੜਾ ਵਨ ਸਾਈਡਡ ਆਪਾਂ ਇੱਥੇ ਤਲਾਕ ਦੀਆਂ ਲੈ ਲੈਂਦੇ ਹਾਂ ਡਿਕਰੀਜ ਕੋਰਟ ਦੇ ਕੋਲੋਂ, ਉਹ ਡਾਕੂਮੈਂਟਸ ਵੀ ਜੇ ਅਗਲੇ ਵਿਆਹ ਦੇ ਵਾਸਤੇ ਇੰਡੀਆ ਚ ਫੇਕ ਕਰਾਉਣ ਜਾਣਾ ਵਾਰ ਵਾਰ ਤਜਰਬੇ ਕਰਨੇ ਮਤਲਬ, ਤੇ ਉਹ ਤਜਰਬੇ ਦੇ ਵਿੱਚ ਫਿਰ ਇਹ ਆ ਜੀ ਵੀ ਇਹ ਵਨ ਸਾਈਡਡ ਜਾਂ ਐਕਸਪਰਟ ਹੀ ਜਿਹੜਾ ਡਾਈਵੋਰਸ ਆ ਡਾਕੂਮੈਂਟ ਉਹ ਇੰਡੀਅਨ ਐਮਬੈਸੀ ਤੋਂ ਸਰਟੀਫਾਈ ਕਰਾਉਣਾ ਜ਼ਰੂਰੀ ਹੈ, ਕਹਿ ਲਓ ਅਟੈਸਟ ਕਰਾਉਣਾ ਜ਼ਰੂਰੀ ਹੈ, ਰਾਈਟ। ਪਰ ਉਹ ਅਟੈਸਟ ਨਹੀਂ ਹੋਏਗਾ ਜੇ ਜਸਟ ਵਨ ਸਾਈਡਡ ਆ, ਸਮਝ ਗਏ, ਵੀ ਜਿੰਨਾ ਚਿਰ ਉਹ ਮਿਊਚੁਅਲ ਡਿਵੋਰਸ ਨਹੀਂ ਹੈਗਾ ਦੋਨੇ ਤਰ੍ਹਾਂ ਦੀ ਉਹ ਚ ਸਹਿਮਤੀ ਨਹੀਂ ਹੈਗੀ ਕੋਰਟ ਦਾ ਆਰਡਰ ਉਸ ਸਟਾਈਲ ਦੇ ਵਿੱਚ ਨਹੀਂ ਹੈਗਾ ਫਿਰ ਉਹਨੂੰ ਨਹੀਂ ਮੰਨਿਆ ਜਾਊਗਾ। ਥੋੜਾ ਜਿਹਾ ਉਹਨਾਂ ਦਾ ਪ੍ਰੋਸੀਜਰ ਹੈ ਵੀ ਵਨ ਸਾਈਡਡ ਜਿਹੜਾ ਡਿਵੋਰਸ ਆ ਉਹ ਜਰਾ ਬਚ ਕੇ ਵੀ ਉਹ ਨਹੀਂ ਉਹਨਾਂ ਨੇ ਅਟੈਸਟ ਕਰਨਾ ਜੀ ਇੰਡੀਅਨ ਗਵਰਨਮੈਂਟ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਅੱਗੇ ਵੀ ਇੱਕ ਦਿਨ ਕਾਲ ਕੀਤੀ ਸੀ ਜੋਲ ਸਾਹਿਬ ਨੂੰ ਵੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀ ਜੀ। ਮੇਰਾ ਖਿਆਲ ਆ ਵੀ ਤੁਹਾਡਾ ਉਦੋਂ ਟਾਈਮ ਸ਼ਾਇਦ ਹੋ ਚੁੱਕਾ ਸੀ ਤੇ ਤੁਸੀਂ ਅੰਬੈਸੀ ਦੀ ਗੱਲ ਕਰਦੇ ਸੀ ਆਪਣੇ ਇੰਡੀਅਨ ਅੰਬੈਸੀ ਦੀ ਟੌਪਿਕ ਤੇ। ਮੈਂ ਪਹਿਲਾਂ ਵੀ ਗਾਏ ਬਗਾਏ ਇੱਕ ਦੋ ਵਾਰੀ ਇਹ ਕੁਐਸਚਨ ਉਠਾਇਆ ਤੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਅੱਜ ਤੱਕ। ਇਹ ਜੁੜਿਆ ਹੈਗਾ ਜੀ ਟਰੱਕ ਡਰਾਈਵਰ ਵੀਰਾਂ ਦੇ ਨਾਲ। ਮੈਂ ਤੇ ਖੈਰ ਹੁਣ ਨੀ ਟਰੱਕ ਚਲਾਉਂਦਾ ਪਰ ਮੈਂ 20-22 ਸਾਲ ਮੈਂ ਵੀ ਸੰਤਾਪ ਹੋ ਗਿਆ ਹੈ ਜਦੋਂ ਤੁਸੀਂ ਵੀਜ਼ਾ ਲਵਾਉਣ ਜਾਂਦੇ ਹੋ ਅੰਬੈਸੀ ਦੇ ਕੋਲੋਂ ਇੰਡੀਅਨ ਅੰਬੈਸੀ ਦੇ ਕੋਲੋਂ ਤੇ ਉਹ ਤੁਹਾਡਾ ਪਾਸਪੋਰਟ ਰੱਖ ਲੈਂਦੇ ਉੱਥੇ ਵੀਕ ਵਾਸਤੇ, ਜਾਂ ਤੁਸੀਂ ਜਦੋਂ ਰੀਨਿਊ ਕਰਾਉਂਦੇ ਆਪਣਾ ਪਾਸਪੋਰਟ ਇੰਡੀਅਨ ਪਾਸਪੋਰਟ ਜਿਹੜੇ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਹੈਗੇ ਆ ਜੀ ਤੇ ਉਹ ਮਹੀਨੇ ਲਈ ਜਾਂ 2 ਮਹੀਨੇ ਲਈ ਉੱਥੇ ਪਾਸਪੋਰਟ ਰੱਖ ਲੈਂਦੇ ਤੇ ਟਰੱਕ ਡਰਾਈਵਰ ਜਿਹੜੇ ਵੀਰ ਹੈਗੇ US ਨੂੰ ਜਾਂਦੇ ਆ ਉਹ ਘਰੇ ਬਹਿ ਜਾਂਦੇ ਆ, ਉਹ ਉਨੀ ਦੇਰ ਤੱਕ ਉਹ ਕੋਈ ਕੰਮ ਨਹੀਂ ਕਰ ਸਕਦੇ, ਜਾਂ ਫਿਰ ਉਹਨਾਂ ਨੂੰ ਵਿਦਿਨ ਕੈਨੇਡਾ ਕੋਈ ਕੰਮ ਮਿਲੇ ਕੰਪਨੀ ਉਹਨਾਂ ਦੀ ਦਿੰਦੀ ਹੋਵੇ ਤੇ ਵੱਖਰੀ ਗੱਲ ਆ, ਤੇ ਨਹੀਂ ਤੇ ਉਹ ਵਿਚਾਰੇ ਏਦਾਂ ਦੇ ਧੱਕੇ ਖਾਂਦੇ ਆ ਤੇ ਉਹਨਾਂ ਨੂੰ ਬਹਿਣਾ ਪੈਂਦਾ ਉਨੀ ਦੇਰ ਘਰੇ ਬਹਿਣਾ ਪੈਂਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਜਿੰਨੇ ਪੈਸੇ ਉੱਥੇ ਲੱਗਦੇ ਆ ਉਹਦੇ ਨਾਲੋਂ ਚੰਗਾ ਕਿ ਉਹ ਫੀਸ ਜ਼ਿਆਦਾ ਲੈ ਲੈਣ ਜਾਂ ਕੁਛ ਏਦਾਂ ਦਾ ਕੋਈ ਹੱਲ ਲੱਭਣ ਤੇ ਉਹਨੂੰ ਉਹ ਵਿਦਿਨ 24 ਆਵਰ ਜਾਂ 48 ਆਵਰ ਜਿਵੇਂ ਕੈਨੇਡਾ ਦੀ ਗੌਰਮੈਂਟ ਕਰਦੀ ਆ ਜੀ ਤੁਹਾਡੇ ਕੋਲ ਫੀਸ ਲੈਂਦੇ ਆ ਤੇ ਤੁਹਾਨੂੰ 15 ਮਿੰਟ ਚ 20 ਮਿੰਟ ਚ ਪਾਸਪੋਰਟ ਬਣਾ ਕੇ ਦਿੰਦੇ ਆ ਤੇ ਕੁਛ ਏਦਾਂ ਦਾ ਕੋਈ ਹੱਲ ਕਰਨ ਮਤਲਬ ਹਨਾ ਜੀ ਇਹਦੇ ਤੇ ਜ਼ੋਰ ਲਾਓ ਜੀ। ਤੇ ਇੱਕ ਹੋਰ ਗੱਲ ਆ ਜੀ ਜਿਹੜੀ ਜਿੱਦਾਂ ਜੋਲ ਸਾਹਿਬ ਆਲਵੇਜ ਕਰਦੇ ਰਹਿੰਦੇ ਵੀ LMI ਵਿਕਦੀਆਂ ਵਗੈਰਾ ਵਗੈਰਾ ਵਗੈਰਾ, ਇੱਕ ਤੇ ਜੀ ਗੌਰਮੈਂਟ ਦੀ ਫੀਸ ਆ ਜਿਹੜੀ $1,000 ਦੀ LMI ਲੈਣ ਦੀ, ਉਹ ਦੂਜੀ ਹੈਗੀ ਆ ਜਿਹੜੇ ਇੱਥੇ ਆ ਇੱਟ ਪੁੱਟਿਆ ਵਕੀਲ ਬਣੇ ਜੀ ਹੁਣ ਤੁਸੀਂ ਸਮਝ ਗਏ ਕਿਹੜੇ, ਤੇ ਉਹ ਮੇਰੇ ਨਾਲ $3,000-4,000 ਉਹ ਲੈ ਜਾਂਦੇ ਆ ਜੀ, ਮੈਂ ਵੀ ਪਤਾ ਕੀਤਾ ਸੀਗਾ ਜੀ। ਤੇ
ਮਤਲਬ ਇਹ ਫੀਸਾਂ ਵੀ ਮਾਫ ਕਰਵਾਓ ਜੀ, ਇਹਦੇ ਦੁਆਲੇ ਵੀ ਹੋ ਮਾੜਾ ਮੋਟਾ, ਠੀਕ ਹੈ ਜੀ? ਠੀਕ ਹੈ ਜੀ, ਮੈਂ ਆਫ ਦੀ ਏਅਰ ਸੁਣਦਾ। ਥੈਂਕ ਯੂ ਸੋ ਮਚ ਜੀ। ਜੀ ਜਲ ਸਾਹਿਬ, ਠੀਕ ਹੈ ਜੀ, ਬਹੁਤ ਮਿਹਰਬਾਨੀ। ਚਲੋ ਇੱਕ ਤੇ ਟਰੱਕ ਡਰਾਈਵਰਾਂ ਵਾਲੀ ਗੱਲ ਰਹਿ ਨਾ ਜਾਏ, ਬੜਾ ਤੁਹਾਡਾ, ਇਹ ਅਸੀਂ ਕੋਸ਼ਿਸ਼ ਵੀ ਕਰਾਂਗੇ ਉਹਨਾਂ ਦੇ ਧਿਆਨ ਚ ਦੁਬਾਰਾ ਲਿਆਈਏ। ਤੇ ਦੂਸਰਾ ਪਰ ਇਹ ਆ ਕਿ ਵੀਜ਼ਾਸ ਵਾਸਤੇ ਜਿੱਦਾਂ ਫੋਰਨ ਅੰਬੈਸੀਜ਼ ਵਿੱਚ ਪਾਸਪੋਰਟ ਤੇ ਉਹਨਾਂ ਨੂੰ 3-4 ਦਿਨ ਤਾਂ ਲੋੜ ਹੁੰਦੀ ਆ, ਹਨਾ ਜੀ? ਆਪਾਂ ਯੂਐਸ ਦਾ ਜਾਂ ਹੋਰ ਸਾਰੇ ਲਵਾਉਂਦੇ ਹਾਂ ਵਿਚਾਰ ਕਰ ਲਾਂਗੇ। ਪਰ ਦੂਸਰਾ ਜਿਹੜਾ ਜੀ, ਇਹ ਐਲ ਐਮ ਆਈ ਏ ਦਾ ਸਾਨੂੰ ਪ੍ਰੋਸੀਜਰ ਸਮਝਣਾ ਪੈਣਾ। ਇਸ ਤਰ੍ਹਾਂ ਦੀ ਗੱਲ ਅਸੀਂ ਇਹ ਮੁਆਫੀਆਂ ਫੀਸਾਂ ਵਾਲੀ ਤਾਂ ਕਰਾਂਗੇ ਜਦੋਂ ਸਾਨੂੰ ਪ੍ਰੋਸੀਜਰ ਦੀ ਸਮਝ ਨਹੀਂ ਗਾ ਵੀ ਇਹ ਹੈ ਫੈਸਿਲਿਟੀ ਕਾਹਦੇ ਵਾਸਤੇ ਆ। ਮਤਲਬ ਠੀਕ ਹੈ, ਸਭ ਕੁਛ ਫ੍ਰੀ ਹੋਣਾ ਚਾਹੀਦਾ, ਉਹ ਸਭ ਕੁਛ ਠੀਕ ਹੈ, ਤੁਹਾਡੀ ਗੱਲ ਰਾਈਟ। ਪਰ ਦੂਸਰੇ ਪਾਸੇ ਗਵਰਨਮੈਂਟ ਵੀ, ਤੁਸੀਂ ਵੀ ਕੋਈ ਦਫ਼ਤਰ ਖੋਲ੍ਹ ਕੇ ਬੈਠੇ ਹੋ, ਤੁਹਾਡੇ ਵੀ ਖਰਚੇ ਆ ਨਾ। ਗਵਰਨਮੈਂਟ ਵੀ ਜੇ ਕੋਈ ਦਫ਼ਤਰ ਖੋਲ੍ਹ ਕੇ ਬੈਠੀ, ਉਹਨਾਂ ਦੇ ਵੀ ਕੋਈ ਖਰਚੇ ਪੂਰੇ ਕਰਨ ਦੀਆਂ ਉਹ ਫੀਸਾਂ ਉਹਨਾਂ ਨੇ ਰੱਖੀਆਂ ਹੁੰਦੀਆਂ, ਨਹੀਂ ਤੇ ਫਿਰ ਟੈਕਸ ਤੁਹਾਡਾ ਹੋਰ ਵੱਧ ਜਾਏਗਾ। ਕੁੱਲ ਮਿਲਾ ਕੇ ਜਾਣੀ ਇਹ ਆ ਜੀ ਵੀ ਇਹ $1,000 ਦੀ ਫੀ, ਵਕੀਲ ਪਹਿਲੀ ਤਾਂ ਗੱਲ ਕਹਿੰਦੇ ਵੀ ਲੋੜ ਨਹੀਂ, ਤੁਸੀਂ ਫਾਰਮ ਹੀ ਭਰਨੇ ਆ। ਪਰ ਫੇਰ ਵੀ ਜੇ ਤੁਹਾਨੂੰ ਲੋੜ ਮਹਿਸੂਸ ਹੁੰਦੀ ਵਕੀਲ ਕਰਨਾ ਪੈਣਾ, ਤੇ ਫੇਰ ਉਹ ਖਰਚਾ ਇੰਪਲੋਇਰ ਨੇ ਦੇਣਾ, ਵਰਕਰ ਨੇ ਨਹੀਂ ਦੇਣਾ। $1,000 ਦੀ ਫੀ ਵੀ ਵਰਕਰ ਨੇ ਨਹੀਂ ਦੇਣੀ, ਇੰਪਲੋਇਰ ਨੇ ਦੇਣੀ ਆ। ਇੱਕ ਐਲ ਐਮ ਆਈ ਏ ਦੀ ਕੋਸਟ ਵਰਕਰ ਵਾਸਤੇ $0 ਆ, $0 ਹੋਣੀ ਚਾਹੀਦੀ ਆ, ਇਹ ਕਾਨੂੰਨ ਹੈ। ਕ੍ਰਿਮੀਨਲ ਆ ਵੀ ਜੇ ਕੋਈ ਵਿਅਕਤੀ ਉਹਨੂੰ ਸੈੱਲ ਕਰਨ ਦਾ ਆਨੇ ਬਹਾਨੇ, ਮਤਲਬ ਆਪਣੇ ਉਹਨੇ ਘੜੇ ਹੋਏ ਨੇ ਮਨ ਘੜਤ। ਹੁਣ ਇਹ ਕਿਉਂ ਆ? ਕਿਉਂਕਿ ਗਵਰਨਮੈਂਟ ਪ੍ਰਾਇਓਰਟਾਈਜ਼ ਕਰਨਾ ਚਾਹੁੰਦੀ ਆ ਵੀ ਤੁਸੀਂ ਲੋਕਲ ਵਰਕਰ ਹਾਇਰ ਕਰੋ, ਜਰਾ ਆਪਣੇ ਕਾਰੋਬਾਰਾਂ ਚ ਜਾਤੀਆਂ ਮਾਰ ਕੇ ਦੇਖੋ ਕਿੰਨੇ ਕੁ ਉੱਥੇ ਵਰਕਰ ਹੈਗੇ ਆ ਜਿਹੜੇ ਇੱਥੋਂ ਨਹੀਂ ਮਿਲਦੇ, ਜਾਂ ਕਿਹੜੇ ਕਿਹੜੇ ਬਹਾਨੇ ਨਾਲ। ਕਈ ਵਾਰੀ ਆਪਾਂ LMI, ਆਪਾਂ ਨੂੰ ਸਭ ਕੁਛ ਪਤਾ ਆ ਜੀ, ਪਰ ਆਪਾਂ ਕਿਸੇ ਦਾ ਕੋਈ ਕਸੂਰ ਨਹੀਂ ਕੱਢਦੇ। ਪਰ ਆਪਾਂ 4 ਸਾਲ ਸਟਰਗਲ ਕੀਤੀ ਵੀ ਸਿਸਟਮ ਚ ਨੁਕਸ ਕੱਢਣਾ ਚਾਹੀਦਾ, ਵੀ ਜਿਹੜਾ ਢਿੱਲਾ ਸਿਸਟਮ ਸਰਕਾਰ ਬਣਾ ਕੇ ਬੈਠੀ ਆ ਵੀ ਲੋਕ ਇੱਥੇ ਹੁਣ ਇਹੋ ਜਿਹੇ ਪਹੁੰਚ ਗਏ ਤੇ ਪਹੁੰਚ ਗਈਆਂ ਆ ਵੀ ਉਹ ਆਸਾਨੀ ਨਾਲ ਆਪਣਾ ਹੱਥ ਮਾਰ ਸਕਦੇ ਜਾਂ ਮਾਰ ਸਕਦੀਆਂ, ਵੀ ਉਹ ਕਾਨੂੰਨ ਫਿਕਸ ਹੋਣਾ ਚਾਹੀਦਾ। ਚਲੋ ਉਹਦੇ ਚ ਕਾਫੀ ਚੇਂਜਸ ਅੱਗੇ ਨਾਲ ਆਈਆਂ ਆ, ਪਰ ਹੁਣ ਵੀ ਵਰਕਰ ਜਿਹਨੂੰ ਇੱਥੋਂ ਨਹੀਂ ਮਿਲਦਾ ਤਾਂ ਮਤਲਬ ਵੀ ਉਹਦੇ ਬਿਜ਼ਨਸ ਦਾ ਨੁਕਸਾਨ ਹੋਏਗਾ ਜੇ ਵਰਕਰ ਨਾ ਮਿਲੇ। ਰਾਈਟ, ਗਵਰਨਮੈਂਟ ਨੇ ਫੈਸਿਲਿਟੀ ਦਿੱਤੀ ਆ ਵੀ ਠੀਕ ਆ ਜੀ, ਤੁਸੀਂ ਫੋਰਨ ਆਪਣਾ ਵਰਕਰ ਆ ਜਿਹੜਾ ਹਾਇਰ ਕਰ ਲਓ, ਉਹਦਾ ਪ੍ਰੋਸੀਜਰ ਆਹ ਹੈਗਾ। ਪਰ ਇਹ ਤੁਹਾਡੇ ਬਿਜ਼ਨਸ ਦੇ ਵਾਸਤੇ ਆ, ਤੁਸੀਂ ਆਪਣਾ ਬਿਜ਼ਨਸ ਬੰਦ ਨਹੀਂ ਕਰਨਾ ਚਾਹੁੰਦੇ, ਇਹਨੂੰ ਰਨ ਕਰਨਾ ਚਾਹੁੰਦੇ ਹੋ, ਇਸ ਕਰਕੇ ਗਵਰਨਮੈਂਟ ਨੇ ਤੁਹਾਨੂੰ ਆਹ ਫੈਸਿਲਿਟੀ ਦੇ ਦਿੱਤੀ ਵੀ ਇੱਥੋਂ ਨਹੀਂ ਵਰਕਰ ਮਿਲਿਆ ਤੇ ਤੁਸੀਂ ਐਲ ਐਮ ਆਈ ਏ ਤੇ ਫੋਰਨ ਵਰਕਰ ਹਾਇਰ ਕਰ ਲਓ, ਪਰ ਉਹਦਾ ਆਹ ਕ੍ਰਾਈਟੇਰੀਆ ਆ। ਰਾਈਟ, ਇਹ ਥੋੜਾ ਬਹੁਤਾ ਜਾਣੀ ਵੱਟਾਂ ਇਸ ਕਰਕੇ ਰਾਹ ਵਿੱਚ ਪਾਈਆਂ ਜਾਂਦੀਆਂ ਹੁੰਦੀਆਂ ਵੀ ਵਿਅਕਤੀ ਫੇਰ ਵੀ ਇਹਨਾਂ ਫੀਸਾਂ ਤੋਂ ਡਰਦਿਆਂ ਹੀ ਸ਼ਾਇਦ ਜੇ ਕਿਤੇ ਮਤਲਬ ਸੋਚ ਦੇ ਵਿੱਚ ਕੋਈ ਹੋਰ ਗੱਲ ਆ ਤੇ ਵੀ ਲੋਕਲ ਵਰਕਰ ਨੂੰ ਰੱਖੇ। ਕਿਉਂ ਸਾਨੂੰ ਇੱਥੇ ਕੈਨੇਡੀਅਨ ਵਰਕਰ ਆ ਜਿਹੜੇ ਉਹ ਸ਼ਿਕਾਇਤ ਕਰਦੇ ਆ ਵੀ ਅਸੀਂ ਅਪਲਾਈ ਕਰੀਏ ਤੇ ਸਾਡਾ ਪ੍ਰੋਫਾਈਲ ਉਸੇ ਵੇਲੇ ਜਿਹੜਾ ਉਹਨਾਂ ਰੈਜ਼ਿਊਮੇ ਜਾਣ ਕੇ ਗਾਰਬੇਜ ਦੇ ਵਿੱਚ ਸੁੱਟਣਾ, ਕਿਉਂਕਿ ਉਹਨਾਂ ਦੇ ਮਨ ਦੀ ਮਨਸ਼ਾ ਇਹ ਆ ਵੀ ਅਸੀਂ ਐਲ ਐਮ ਆਈ ਵੇਚ ਕੇ ਪੈਸੇ ਵੱਟਣੇ ਆ ਤੇ ਫੋਰਨ ਵਰਕਰ ਦੀ ਸਿਰਫ ਅਸੀਂ ਐਲੀਜੀਬਿਲਿਟੀ ਪਾਸ ਕਰਾਉਣੀ ਆ ਵੀ ਹਾਂਜੀ ਇੱਥੋਂ ਨੀ ਸਾਨੂੰ ਮਿਲਿਆ ਜੀ ਵਰਕਰ। ਸੋ ਜਿਹੜੇ ਡਰਾਮੇ ਆ ਨਾ ਜੀ, ਆਪਾਂ ਇਹਦੇ ਬਾਰੇ ਵੀ ਸੋਚੀਏ ਵੀ ਪਹਿਲਾਂ ਇਹ ਬੰਦ ਕਰਾਈਏ, ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਵੀ ਕਾਨੂੰਨ ਇਹੀ ਸੀਗਾ, ਕਿਸੇ ਹੋਰ ਇੰਪਲੋਇਰ ਨੇ ਜਿਹਨਾਂ ਨੂੰ ਜੈਨੂਅਨਲੀ ਫੋਰਨ ਵਰਕਰ ਦੀ ਲੋੜ ਆ, ਆਪਾਂ ਉਹਨਾਂ ਨੂੰ ਸ਼ਿਕਾਇਤ ਕਰਦਾ ਦੇਖਦੇ ਆ ਕੈਨੇਡੀਅਨ ਇੱਥੇ ਸਾਰੇ ਵੀ ਇਹ ਫੀਸਾਂ ਮਾਫ਼ ਕਰੋ ਜੀ, ਅਸੀਂ ਨਹੀਂ ਦੇ ਸਕਦੇ। ਸੋ ਇਸ ਕਰਕੇ ਉਹ ਸਭ ਕੁਛ ਵੀ ਠੀਕ ਆ, ਸਭ ਕੁਛ ਮੁਆਫ ਵੀ ਹੋਣਾ ਚਾਹੀਦਾ, ਫ੍ਰੀ ਵੀ ਹੋਣਾ ਚਾਹੀਦਾ, ਪਰ ਉਹਦੇ ਤੋਂ ਪਹਿਲਾਂ ਸਾਡਾ ਵਿਵਹਾਰ ਬਹੁਤ ਓਨੈਸਟ ਹੋਣਾ ਚਾਹੀਦਾ ਵੀ ਅਸੀਂ ਕੈਨੇਡੀਅਨ ਆ ਤੇ ਕੈਨੇਡੀਅਨ ਅਸੀਂ ਰੂਲ ਫੋਲੋ ਕਰਨ ਵਾਲੇ ਬਣੀਏ, ਆਪਾਂ ਕਾਨੂੰਨਾਂ ਚ ਹੀ ਨੁਕਸ ਨਾ ਕੱਢੀਏ। ਜੇ ਅਸੀਂ ਕਾਨੂੰਨ ਕੋਈ ਮੰਨਣਾ ਹੀ ਨਹੀਂ, ਜਿਹੜੇ ਕਾਨੂੰਨ ਆਲਰੇਡੀ ਬਣੇ ਹੋਏ ਆ ਜਾਂ ਤੇ ਅਸੀਂ ਉਹਨਾਂ ਨੂੰ ਬਹੁਤ ਮੰਨਦੇ ਹੋਈਏ ਨਾ, ਤੇ ਫਿਰ ਚਲੋ ਢਿੱਲ ਮੱਠ ਦੀ ਕੋਈ ਗੱਲ ਮੰਨੀ। ਤੇ ਜੇ ਸਾਡੇ ਆਉਣ ਤੋਂ ਪਹਿਲਾਂ ਇਹ ਕਾਨੂੰਨ ਬੜੇ ਵਧੀਆ ਸੀਗੇ ਤੇ ਹੁਣ ਸਾਡੇ ਆਉਣ ਨਾਲ ਇਹਨਾਂ ਚ ਨੁਕਸ ਪੈ ਗਏ ਆ, ਇਹ ਸਾਨੂੰ ਵਿਚਾਰ ਲੈਣਾ ਚਾਹੀਦਾ ਜੀ। ਇਸ ਕਰਕੇ ਇਹ ਅਸੀਂ ਮਾਫ਼ ਦੀ ਗੱਲ ਵੀ ਕਰਦੇ ਹਾਂ ਜੀ, ਪਰ ਇਹਦੇ ਨਾਲ ਨਾਲ ਥੋੜਾ ਇਹਦੇ ਉੱਤੇ ਜਿਹੜਾ ਆਪਾਂ ਕਿਰਦਾਰ ਤੇ ਨਹੀਂ ਨਾ ਉਠਾਉਂਦੇ ਸਵਾਲ ਵੀ ਇਹ ਵੇਚਣਾ ਲੋੜਵੰਦਾਂ ਨੂੰ ਸਾਡੀ ਬਾਣੀ ਦੇ ਅਨੁਸਾਰ ਵੀ ਗਲਤ ਹੈ, ਕਾਨੂੰਨ ਦੇ ਅਨੁਸਾਰ ਵੀ ਗਲਤ ਹੈ, ਫਿਰ ਵੀ ਆਪਾਂ ਇਹ ਸਭ ਕੁਝ ਚੁੱਪ ਕਰਕੇ ਜਰੀ ਜਾ ਰਹੇ ਹਾਂ ਜੀ। ਕੁਇਕਲੀ ਅਸੀਂ ਲਾਸਟ ਕਾਲ ਲੈਂਦੇ ਹਾਂ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ। ਸਾਹਿਬ ਮੈਨੂੰ ਸਤਿ ਸ਼੍ਰੀ ਅਕਾਲ ਕਾਲਰ। ਭਾਈ ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ? ਬਹੁਤ ਵਧੀਆ ਜੀ। ਅੱਛਾ ਭਾਈ, ਮੈਂ ਨਾ ਬਾਈ ਦਾ ਮੈਂ ਹੁਣੇ ਸੁਣ ਲਿਆ ਸੀ ਵੀ ਉਹਦੇ ਵੀਜ਼ੇ ਵਾਸਤੇ ਜਦੋਂ ਪਾਸਪੋਰਟ ਹੋਲਡ ਕਰ ਲੈਂਦੇ ਆ
ਭਾਜੀ ਮੈਂ ਨਾ USA ਨੂੰ ਮੈਂ ਵੀ ਜਾਂਦਾ ਹਾਂ, ਉਦੋਂ ਅਸੀਂ ਏਦਾਂ ਕਰਦੇ ਹਾਂ ਜਿਹੜਾ ਸਿਟੀਜਨ ਦਾ ਪੇਪਰ ਜਾਂ ਪਹਿਲਾਂ ਬੰਦਿਆਂ ਕੋਲ ਕਾਰਡ ਜਾਂ ਸਰਟੀਫਿਕੇਟ ਵਗੈਰਾ ਹੈਗੇ ਆ ਉਹ ਲੈ ਕੇ ਪਾਸਪੋਰਟ ਦੀ ਫੋਟੋ ਕਾਪੀ ਲੈ ਕੇ ਕਾਂਸਲੇਟ ਦੀ ਜਿਹੜੀ ਸਲਿੱਪ ਆ ਜਦੋਂ ਆਪਾਂ ਵੀਜ਼ਾ ਲੱਗਣੇ ਦਿੱਤਾ ਉਹ ਲੈ ਕੇ ਤੇ ਆਪਾਂ ਬਾਰਡਰ ਕ੍ਰੋਸ ਕਰ ਸਕਦੇ ਹਾਂ, ਮੈਂ ਕਰਦਾ ਹਾਂ ਖੁਦ। ਉਹਦੇ ਕਰਕੇ ਆਪਾਂ ਨੂੰ ਘਰ ਬਹਿਣ ਦੀ ਲੋੜ ਨੀਗੀ ਕਿਉਂਕਿ ਵੀਜ਼ਾ ਤੇ ਉਸ ਬੰਦੇ ਨੇ ਲੈਣਾ ਨਾ ਜਿਹੜਾ ਸਿਟੀਜਨ ਆ, ਰਾਈਟ। ਤੇ ਜਿਹੜਾ ਸਿਟੀਜਨ ਆ ਉਹਦੇ ਕੋਲ ਸਰਟੀਫਿਕੇਟ ਵਗੈਰਾ ਵੀ ਹੈਗਾ ਆ, ਤੇ ਦੂਸਰਾ ਉਹਦੇ ਕੋਲੇ ਜਦੋਂ ਆਪਾਂ ਪਾਸਪੋਰਟ ਫੋਲਜ ਕਰਾਉਣੇ ਉਹਦੀ ਫੋਟੋ ਕਾਪੀ ਪਲੱਸ ਜਿਹੜੀ ਜਮਾ ਇੰਡੀਅਨ ਕਾਂਸਲੇਟ ਦੀ ਸਲਿੱਪ ਆ ਉਹ ਨਾਲ ਲਓ ਤੇ ਤੁਸੀਂ ਲੰਘੋ, ਕੋਈ ਪ੍ਰੋਬਲਮ ਹੀ ਨੀ ਕਿ ਮੈਂ ਐਵਰੀ ਟਾਈਮ ਏਦਾਂ ਹੀ ਕਰਦਾ, ਕੋਈ ਛੁੱਟੀ ਨੀ ਕਰਦਾ ਜੀ। ਜੀ ਚਲੋ, ਦੈਟਸ ਵੈਰੀ ਗੁੱਡ ਟੂ ਨੋ। ਇੱਕ ਇੱਕ ਅਸੀਂ ਵੀਰੇ ਹੋਰ ਗੱਲ ਮੈਂ ਕਰਨੀ ਸੀ ਜੋਹਨ ਸਾਹਿਬ ਨਾਲ, ਮੈਨੂੰ ਨਾ ਕਿ ਤੁਹਾਡੇ ਪਾਪਾ ਦੇ ਸ਼ੋਅ ਦੇ ਵਿੱਚ ਇੱਕ ਘੰਟਾ ਇੰਟਰਵਿਊ ਗੱਲ ਕੀਤੀ ਸੀਗੀ ਜੀ। ਜੋਹਨ ਸਾਹਿਬ ਏਦਾਂ ਆ ਵੀ ਮੈਂ ਨਾ 2021 ਦੇ ਵਿੱਚ ਬਾਰਡਰ ਕ੍ਰੋਸ ਕੀਤਾ ਸੀ ਤੇ ਟ੍ਰੇਲਰ ਦੇ ਵਿੱਚ ਡਰੱਗ ਰੱਖ ਦਿੱਤੀ ਸੀ, ਮੈਨੂੰ ਟਰੱਕ ਫੜਿਆ ਗਿਆ ਸੀ। ਹਾਂਜੀ ਹਾਂਜੀ, ਯਾਦ ਹੈ ਜੀ। ਔਰ 6 ਮਹੀਨੇ ਬਾਅਦ ਮੈਂ ਟਰੱਕ ਵੀ ਛਡਾਇਆ, 1 ਮਹੀਨਾ ਬੈਨ ਕੀਤਾ ਸੀ ਉਹਨਾਂ ਨੇ ਬਾਰਡਰ ਦੇ ਉੱਤੇ, ਮੈਂ 1 ਮਹੀਨੇ ਬਾਅਦ ਉਹਨਾਂ ਨੇ ਸੱਦਿਆ, ਮੈਂ ਖੁਦ ਜਾ ਕੇ ਆਪਣਾ ਆਪ ਕਲੀਅਰ ਕਰਾਇਆ, ਨਾ ਕਿ ਕਿਸੇ ਨੇ ਹੋਰ। ਹੁਣ ਅਟੈਂਡੈਂਸ ਲੱਗਦੀ ਆ ਮੇਰੀ, ਮੈਂ ਸਾਰੇ MPਾਂ ਨੂੰ ਮੇਲ ਪਾਈ ਸੀ ਵੀ ਤੁਸੀਂ ਕੈਨੇਡਾ ਸਾਈਡ ਤੇ ਐਕਸਟਰਾ ਕਿਉਂ ਨੀ ਕਰਦੇ, ਕਿ ਸਾਨੂੰ USA ਜਾ ਕੇ ਐਕਸਟਰਾ ਕਰਾਉਣਾ ਪੈਂਦਾ, ਉਧਰੋਂ ਬੰਦੇ ਬੈਨ ਹੋ ਜਾਂਦੇ ਆ, ਤੁਸੀਂ ਕੈਨੇਡਾ ਸਾਈਡ ਤੇ ਐਕਸਟਰਾ ਕਰੋ, ਜੇ ਕੁਛ ਹੈਗਾ ਆ ਤੇ ਤੁਸੀਂ ਉੱਥੇ ਘੇਰੋ, ਉੱਥੇ ਫੜੋ, ਤੁਸੀਂ ਸਾਨੂੰ USA ਵੜਨ ਕਿਉਂ ਦਿੰਦੇ। ਤੇ ਉਹ ਬਾਅਦ ਚ ਮੈਂ 6 ਮਹੀਨਿਆਂ ਬਾਅਦ ਦੇ ਵਿੱਚ ਜਾ ਕੇ ਆਪਣਾ ਟਰੱਕ ਵੀ ਛਡਾ ਕੇ ਲਿਆ ਸੀ ਤੇ ਇੱਕ ਬਾਈ ਨੂੰ ਏਦਾਂ ਹੀ ਤੰਗੀ ਆਈ ਤੇ ਉਹੀ PR ਕਾਰਡ ਉਹਨਾਂ ਦਾ ਬੈਨ ਕਰਤਾ, ਉਹ ਜਾ ਹੀ ਨੀ ਸੀ ਸਕਦਾ, ਉਹਨੂੰ ਵੀਜ਼ਾ ਹੀ ਕੈਂਸਲ ਕਰਤਾ, USA ਆਪਣਾ ਟਰੱਕ ਕਿਵੇਂ ਲਿਆਊਗਾ ਛਡਾ ਕੇ, ਉਹਦਾ ਵੀ ਟਰੱਕ ਮੈਂ ਲਿਆ ਸੀ ਉਧਰੋਂ ਛਡਾ ਕੇ। ਏਦਾਂ ਨਾ ਬੜੀਆਂ ਇਸ ਤਰੀਕੇ ਦੀਆਂ ਤੰਗੀਆਂ ਆਉਂਦੀਆਂ। ਮੈਂ ਤਾਂ ਸਾਰੇ MPਾਂ ਵਗੈਰਾ ਨੂੰ ਮੇਲਾਂ ਪਾਈਆਂ ਸੀ ਵੀ ਪਲੀਜ਼ ਰਿਕੁਐਸਟ ਕਰਦੇ ਹਾਂ ਵੀ ਤੁਸੀਂ ਜਿਹੜੀਆਂ ਐਕਸਰੇ ਮਸ਼ੀਨਾਂ ਲਾਈਆਂ ਜਦੋਂ ਆਉਣ ਲੱਗਿਆ ਚੈੱਕ ਕਰਦੇ, ਜਦੋਂ ਅਸੀਂ USA ਤੋਂ ਕੈਨੇਡਾ ਵੜਦੇ ਹਾਂ, ਜਦੋਂ ਕੈਨੇਡਾ ਤੋਂ USA ਵੜਦੇ ਤੁਸੀਂ ਉਦੋਂ ਵੀ ਇੱਕ ਵਾਰ ਉੱਤੋਂ ਦੀ ਮਸ਼ੀਨ ਹੀ ਫੇਰਨੀ, 2 ਮਿੰਟ ਲੱਗਦੇ ਉਧਰੋਂ ਫੇਰੋ ਤੁਸੀਂ, ਜੇ ਕੁਛ ਹੈਗਾ ਤੇ ਸਾਨੂੰ ਉਦੋਂ ਹੀ ਨਾ USA ਵੜਨ ਤੋਂ ਵੀ ਨਹੀਂ ਵੀ ਤੇਰਾ ਬੈਨ ਹੋ ਜੂ, ਉੱਧਰ ਜਾਣਾ ਤੁਸੀਂ ਇੱਥੇ ਦਾ, ਤੁਹਾਡੇ ਟਰੱਕ ਜਾ ਆ। ਵੈਲਿਡ ਪੁਆਇੰਟ, ਵੈਲਿਡ ਪੁਆਇੰਟ। ਪਹਿਲੀ ਗੱਲ ਤੇ ਪਾਸਪੋਰਟ ਜਿਹੜਾ ਜੀ ਉਹ ਲੌਂਗਰ ਪੀਰੀਅਡ ਟਾਈਮ ਵਾਸਤੇ ਹੋਲਡ ਕਰਨਾ ਵੈਸੇ ਹੀ ਜਿਹੜਾ ਜੀ ਉਹ ਕੰਸਰਨ ਹੈਗਾ ਵੀ ਸਰਵਿਸ ਵਾਸਤੇ, ਵੀ ਜਿਹੜਾ ਪਾਸਪੋਰਟ ਆ ਵੀਜ਼ਾ ਵਾਸਤੇ ਤਾਂ ਚਲੋ 3-4 ਦਿਨ ਹਫ਼ਤਾ ਖੰਡ ਸਮਝਿਆ ਵੀ ਉਹਨਾਂ ਨੂੰ ਪਾਸਪੋਰਟ ਦੀ ਲੋੜ ਆ। ਤੇ ਦੂਸਰਾ ਇਹ ਗ੍ਰੇਟਨੈਸ ਹੈ ਸਾਡੇ ਸਿਸਟਮ ਦੀ ਕਿ ਅਸੀਂ ਪਾਸਪੋਰਟ ਤੋਂ ਬਿਨਾਂ, ਪਹਿਲਾਂ ਵੈਸੇ ਪਾਸਪੋਰਟਾਂ ਦੀ ਲੋੜ ਹੀ ਨਹੀਂ ਸੀ ਹੁੰਦੀ, ਅਰਸ਼ ਕੋਈ ਸਮਾਂ ਸੀ ਜੇ ਵਿਅਕਤੀ ਇੱਥੇ ਆ ਗਿਆ, ਲੈਂਡ ਕਰ ਗਿਆ ਤੇ ਲੈਂਡਿੰਗ ਪੇਪਰ ਤੇ ਅਮਰੀਕਾ ਵੀ ਚਲਾ ਗਿਆ, ਵਾਪਸ ਵੀ ਆ ਗਿਆ, ਲੋਕ ਬਰਥ ਸਰਟੀਫਿਕੇਟ ਲੈ ਕੇ ਅਮਰੀਕਾ ਜਾਏ ਹੁੰਦੇ ਸੀ ਹਨਾ। ਜੀ 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 ਜੀ। ਤੇ ਇਸ ਕਰਕੇ ਸਾਡੇ ਦੋਨਾਂ ਮੁਲਕਾਂ ਦਾ ਰਿਲੇਸ਼ਨਸ਼ਿਪ ਹੀ ਇੰਨਾ ਗ੍ਰੇਟ ਆ ਵੀ ਉਹ ਬਹੁਤ ਸਾਨੂੰ ਚੱਕਰਾਂ ਚ ਪਾਉਂਦੇ ਨਹੀਂ ਹੈਗੇ, ਪਰ ਇਹ ਅੱਜ ਵੀ ਕਾਨੂੰਨੀ ਪ੍ਰਸਥਿਤੀਆਂ ਫਿਰ ਜਦੋਂ ਇਹਨਾਂ ਰਾਹਾਂ ਦੇ ਵਿੱਚ ਵਿਅਕਤੀ ਨੂੰ ਕਹਿ ਲਓ ਵੀ ਕਿਸੇ ਇਨੋਸੈਂਟ ਨੂੰ ਵੀ ਤੁਰਨਾ ਪੈ ਜੇ ਤੇ ਉਹ ਪਥਰੀਲੇ ਰਾਹ ਬੜੇ ਉਹਦੇ ਵਿੱਚ ਰੁਕਾਵਟਾਂ ਆ, ਸਾਨੂੰ ਪਤਾ ਜੀ ਵੀ ਕ੍ਰਿਮਲ ਰੈਕਟ ਬਣ ਜੇ ਪੁਲਿਸ ਦੇ ਰੈਕਟ ਤੇ ਵੀ ਆ ਜਾਓ ਤੇ ਦੋਨਾਂ ਮੁਲਕਾਂ ਦੇ ਵਿੱਚ ਆਉਣਾ ਜਾਣਾ ਔਖਾ ਹੋ ਜਾਂਦਾ ਜੀ। ਬਹੁਤ ਸਾਰੀਆਂ ਜਿਹੜੀਆਂ ਇਹ ਕਾਨੂੰਨੀ ਜਟਿਲ ਜਾਣੀ ਕਿ ਪ੍ਰਸਥਿਤੀਆਂ, ਬਹੁਤ ਸਾਰੇ MPਾਂ ਦੀ ਸਮਝ ਤੋਂ ਵੀ ਬਾਹਰ ਆ ਭਾਈ ਸਾਹਿਬ, ਤੁਹਾਨੂੰ ਪਤਾ ਹੀ ਹੋਣਾ ਜੋ MPs ਦਾ ਤੁਹਾਨੂੰ ਈਮੇਲਾਂ ਤੋਂ ਰਿਸਪੋਂਸ ਆਇਆ ਜਾਂ ਨਹੀਂ ਆਇਆ ਉਹ ਵੀ ਤੁਹਾਨੂੰ ਪਤਾ ਹੋਊਗਾ। ਸੋ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੀ ਸਮਝ ਤੋਂ ਵੀ ਬਾਹਰ ਆ ਜੀ ਜੀ ਜੀ। ਜਾਣੀ ਕਿ ਜੇ ਇੱਕਾ ਦੁੱਕਾ ਹੁਣ ਫਿਰ ਉਹਦੇ ਨਾਲ ਇਹ ਆ ਜੀ ਕਿ ਥੋੜਾ ਜਿਹਾ ਇੰਨੀਆਂ ਰੁਕਾਵਟਾਂ ਰੱਖਣਾ ਵੀ ਚਾਹੁੰਦੇ ਆ ਵੀ ਜਿਹੜੇ ਵਾਕਈ ਇਹਨਾਂ ਕਹਿ ਲਓ ਵੀ ਕ੍ਰਾਈਮਸ ਨੂੰ ਜਾਣ ਬੁੱਝ ਕੇ ਕਰਦੇ ਆ ਜਾਂ ਕਰਦੀਆਂ ਆ ਵੀ ਉਹਨਾਂ ਦੇ ਵਾਸਤੇ ਉਹ ਰਾਹ ਸੌਖਾ ਨਹੀਂ ਬਣਾਉਣਾ ਚਾਹੁੰਦੇ ਹਨਾ। ਆਜ਼ਾਦੀ ਵੀ, ਫਰੀਡਮ ਵੀ ਲੋਕਾਂ ਦੀ ਬਹਾਲ ਰੱਖਣਾ ਚਾਹੁੰਦੇ, ਲਿਬਰਟੀ ਵੀ, ਪਰ ਇਹਦੇ ਨਾਲ ਹੀ ਉਹ ਲਿਬਰਟੀ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਕ੍ਰਿਮੀਨਲ ਐਲੀਮੈਂਟਸ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਲਈ ਛਾਨਣਾ ਵੀ ਥੋੜਾ ਜਿਹਾ ਬਰੀਕੀ ਰੱਖਣਾ ਚਾਹੁੰਦੇ ਆ ਜੀ। ਤੁਹਾਡਾ ਸੁਝਾਅ ਆ ਜਿਹੜਾ ਜੀ ਤੁਸੀਂ ਸਿਰ ਮੱਥੇ। ਵਾਰਡ 9 ਅਤੇ 10 ਸਕੂਲ ਟਰਸਟੀ ਤੁਹਾਡੇ ਨਾਲ ਇਸ ਵੇਲੇ ਹਾਜ਼ਰ ਨੇ ਜੀ, ਸਤਪਾਲ ਸਿੰਘ ਜੋਹਲ। ਜੋਹਲ ਸਾਹਿਬ, ਕਿਸ ਤਰ੍ਹਾਂ ਜਾ ਰਹੀ ਤਿਆਰੀਆਂ ਜੀ, ਫਟਾਫਟ ਦੱਸਣਾ ਚਾਹੋਗੇ ਜੀ? ਇੱਕ ਤਾਂ ਚਲੋ ਸਕੂਲ ਟਰਸਟੀ ਤਾਂ ਸੰਗਤਾਂ ਬਣਾਉਣਗੀਆਂ ਤੇ ਫਿਰ ਦੇਖਾਂਗੇ, ਅੱਜ ਆਪਾਂ ਕੈਂਡੀਡੇਟ ਆ ਜੀ। ਦੂਸਰੇ ਪਾਸੇ ਅਰਸ਼ ਇਹ ਆ ਵੀ ਆਪਾਂ ਇਹ ਸਰੋਤਿਆਂ ਦਰਸ਼ਕਾਂ ਦੀ ਸੇਵਾ ਦੇ ਵਿੱਚ 24 ਅਗਸਤ ਤੱਕ ਹਾਜ਼ਰ ਆ ਜੀ। ਜੀ 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 ਜੀ। ਸਿਟੀ ਨੇ ਆਪਾਂ ਨੂੰ ਪਰਮਿਸ਼ਨ ਦਿੱਤੀ ਹੋਈ ਆ ਵੀ ਅਸੀਂ ਆਪਣਾ ਜਿਹੜਾ ਕੰਮ ਆ ਇਹ 24 ਅਗਸਤ ਤੱਕ ਏਦਾਂ ਹੀ ਸੰਗਤਾਂ ਦੇ ਰੂਬਰੂ ਪੇਸ਼ ਹੋ ਸਕਦੇ ਹਾਂ ਜੀ। ਉਸ ਤੋਂ ਬਾਅਦ ਫਿਰ 2 ਮਹੀਨੇ ਆਪਾਂ ਲਗਾਤਾਰ ਕਰਾਂਗੇ ਕੰਪੇਨ, ਭਰਮਤ ਮਿਲਣ ਦੀ ਵੱਧ ਤੋਂ ਵੱਧ ਕਰਾਂਗੇ ਕੋਸ਼ਿਸ਼। ਉਹ 2 ਮਹੀਨੇ ਤੁਸੀਂ ਸਾਡੀ ਆਵਾਜ਼ ਜਿਹੜੀ ਆ ਜੀ ਫਿਰ ਉਹ ਖਬਰਾਂ ਦੇ ਰੂਪ ਵਿੱਚ ਸ਼ਾਇਦ ਨਹੀਂ ਸੁਣੋਗੇ, ਹੋਰ ਆਪਣਾ ਜਿਹੜਾ ਫਿਰ ਪ੍ਰੈਜੈਂਟੇਸ਼ਨ ਸੁਣਦੀਆਂ ਰਹਿਣਗੀਆਂ। ਜੀ ਜੀ ਬਿਲਕੁਲ। ਕੁੱਲ ਮਿਲਾ ਕੇ ਇਹ ਆ ਜੀ ਕਿ ਅਸੀਂ ਫਿਰ ਇਹ ਜਿਹੜੀ ਕੰਪੇਨ ਆ 24 ਅਗਸਤ ਤੋਂ ਬਾਅਦ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਜਾ ਕੇ ਮਿਲਣ ਦੀ ਵੀ ਕੋਸ਼ਿਸ਼ ਕਰਾਂਗੇ। ਜੇ ਨਾ ਮਿਲਿਆ ਗਿਆ ਹਰੇਕ ਭੈਣ ਭਰਾ ਦੇ ਘਰ ਆ ਕੇ ਤੇ ਸਾਨੂੰ ਆਉਣਾ ਜਾਣ ਕੇ ਜਾਣੀ ਕਿ ਵੀ ਕੰਪੇਨ ਦੇ ਦੌਰਾਨ ਜਿੱਥੇ ਵੀ ਤੁਸੀਂ ਸਾਡਾ ਮੈਸੇਜ ਸੁਣੋ ਤੇ ਸਕੂਲ ਟਰਸਟ ਦੀ ਜਿਹੜੀ ਵੋਟ ਹੈ ਵਾਰਡ 9 ਤੇ 10 ਦੇ ਵਿੱਚ ਬ੍ਰੈਂਪਟਨ ਦੇ ਵਿੱਚ ਉਹ ਸਤਪਾਲ ਜੋਹਲ ਨੂੰ ਪਾਈ ਜਾਵੇ ਤੇ ਵੱਧ ਤੋਂ ਵੱਧ ਸਪੋਰਟ ਕੀਤੀ ਜਾਏਗੀ, ਅਜਿਹੀ ਆਸ ਅਸੀਂ ਰੱਖਦੇ ਹਾਂ ਜੀ। 416-895-3784 ਜੋਹਲ ਸਾਹਿਬ ਦਾ ਡਾਇਰੈਕਟ ਨੰਬਰ ਹੈ ਜੀ, ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ 416-895-3784
ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।